ਪੰਜਾਬੀ ਮਿਊਜ਼ਿਕ ਦਾ ਲੈਵਲ ਕਾਫੀ ਉੱਚਾ ਹੋ ਚੁੱਕਿਆ। ਇਸ ਲੈਵਲ ਦੇ ਬਾਰੇ ਕੁਝ ਇਸ ਤਰ੍ਹਾਂ ਕਿਹਾ ਜਾਂਦਾ ਕਿ ਜਦੋਂ ਵੀ ਬਾਲੀਵੁੱਡ ਦੀ ਫਿਲਮ ਬਣਦੀ ਹੈ ਤਾਂ ਉਸ ਦੇ ਵਿੱਚ ਇੱਕ ਰੀਕ੍ਰੀਏਟਿਡ ਪੰਜਾਬੀ ਗਾਣਾ ਯੂਜ਼ ਹੁੰਦਾ ਹੀ ਹੁੰਦਾ। ਪੰਜਾਬੀ ਮਿਊਜ਼ਿਕ ਵੀਡੀਓਜ਼ ਦੇ ਲਈ ਵੀ ਅਲੱਗ ਅਲੱਗ ਤਰ੍ਹਾਂ ਦੀਆਂ ਵੀਡੀਓਜ਼ ਕ੍ਰੀਏਟ ਕੀਤੀਆਂ ਜਾਂਦੀਆਂ, ਲੇਕਿਨ ਕੁਝ ਗਾਣੇ ਇੱਦਾਂ ਦੇ ਹੁੰਦੇ ਆ ਜਿਸ ਨੂੰ ਪ੍ਰਮੋਸ਼ਨਸ ਦੀ ਵੀ ਲੋੜ ਨਹੀਂ ਹੁੰਦੀ ਅਤੇ ਵੀਡੀਓ ਦੀ ਵੀ ਲੋੜ ਨਹੀਂ ਹੁੰਦੀ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਹਾਲ ਹੀ ਦੇ ਵਿੱਚ ਰਿਲੀਜ਼ ਹੋਇਆ ਗਾਣਾ ਸਪੇਰਾ ਬੱਬੂ ਮਾਨ ਦੀ ਆਵਾਜ਼ ਦੇ ਵਿੱਚ। ਇਸ ਗਾਣੇ ਨੂੰ ਲਿਖਿਆ, ਗਾਇਆ ਅਤੇ ਮਿਊਜ਼ਿਕ ਦਿੱਤਾ ਬੱਬੂ ਮਾਨ ਹੋਣਾ ਨੇ ਖੁਦ। ਇਸ ਗਾਣੇ ਨੂੰ ਰਿਲੀਜ਼ ਵੀ ਬੱਬੂ ਮਾਨ ਦੇ ਔਫੀਸ਼ੀਅਲ ਯੂਟਿਊਬ ਚੈਨਲ 'ਤੇ ਕੀਤਾ ਗਿਆ। ਇਸ ਗਾਣੇ ਦੀ ਗੱਲ ਕਰੀਏ ਤਾਂ ਇਸ ਗਾਣੇ ਨੂੰ ਰਿਲੀਜ਼ ਹੋਇਆ ਹਲੇ 3 ਘੰਟੇ ਵੀ ਨਹੀਂ ਹੋਏ ਅਤੇ ਇਸ ਗਾਣੇ ਦੇ 2 ਲੱਖ ਔਰਗੈਨਿਕ ਵਿਊਜ਼ ਸਾਫ਼ ਸਾਫ਼ ਦਿਖ ਰਹੇ ਨੇ। ਇਸ ਦੇ ਨਾਲ ਹੀ 22,000 ਲਾਈਕਸ ਅਤੇ 5,000 ਕਮੈਂਟਸ ਵੀ ਇਹ ਗਾਣਾ ਖੜ ਚੁੱਕਿਆ। ਹੁਣ ਦੇਖਣਾ ਇਹ ਹੈ ਕਿ ਬੱਬੂ ਮਾਨ ਦੇ ਬਾਕੀ ਗਾਣਿਆਂ ਦੀ ਤਰ੍ਹਾਂ ਇਹ ਗਾਣਾ ਵੀ ਟ੍ਰੈਂਡਿੰਗ 'ਚ ਆਉਂਦਾ ਹੈ ਕਿ ਨਹੀਂ। ਜੇ ਤੁਸੀਂ ਵੀ ਚਾਹੁੰਦੇ ਹੋ ਇਹ ਗਾਣਾ ਟ੍ਰੈਂਡਿੰਗ 'ਚ ਆਏ ਤਾਂ ਸਾਨੂੰ ਕਮੈਂਟ ਕਰਕੇ ਦੱਸੋ, ਅਤੇ ਹੋਰ ਫਿਲਮਾਂ ਦੀ ਅਪਡੇਟਸ ਅਤੇ ਗਾਣਿਆਂ ਦੀ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬੀ ਗਰੂਵਜ਼ ਦੇ ਨਾਲ।